ਤੁਹਾਡਾ ਸਵਾਗਤ ਕਰਦੇ ਹਾਂ ਇਸ ਚੈਨਲ 'ਤੇ। ਮੈਂ ਇਹ ਦੋ ਕੱਪੜੇ ਦੇ ਵਿੱਚ ਅੱਜ ਤੁਹਾਨੂੰ ਸਿੰਪਲ ਕਮੀਜ਼ ਕਟਿੰਗ ਕਰਨਾ ਦੱਸਾਂਗੇ। ਇਹ 2 ਮੀਟਰ ਕੱਪੜਾ ਆ, ਇਹਦੇ ਮੈਂ ਪ੍ਰੈਸ ਕਰਕੇ ਵਾਲ ਕੱਟ ਲਏ ਨੇ। ਸਭ ਤੋਂ ਪਹਿਲਾਂ ਅਸੀਂ ਕੱਪੜੇ ਨੂੰ ਜੋੜ ਕੇ कपड़ा असी सीधा रखिया, चारे तहवा जोड़ के कमीज का नाप आ। एक कमीज का नाप आ, तीरा है 14, लेंथ आप 39 35 होगी, चस्ट साड़ी हैगी 18 इंच 18.2 रखांगे, कमर साड़ी 16 इंच, हिप 19.5, घेरा 20, बाजू साड़ी 16, मोरी 5, गला 7, बैक 6, स्लेट्स साड़े होंगे कच तो लैके नीचे 14.5, हूँ हिप हैगी 19.5। 19.5 दे विच असी 19.5 दे विच 4 असी प्लस करांगे जां असी 3 प्लस करांगे। ਇੱਦਾਂ ਅਸੀਂ ਨਿਸ਼ਾਨ ਲਗਾ ਲਵਾਂਗੇ 19.5 ਹੋ ਗਿਆ ਇੱਕ, ਉਸ ਤੋਂ ਬਾਅਦ 1 2 3 4 23 ਇੰਚ ਸਾਡਾ ਆ ਗਿਆ। 23 ਇੰਚ ਤੋਂ ਅਸੀਂ ਕੱਪੜੇ ਨੂੰ ਕਟਿੰਗ ਕਰਾਂ। ਆਹ ਸਾਡਾ ਫਾਲਤੂ ਕੱਪੜਾ, ਇਹਨੂੰ ਅਸੀਂ ਸਾਈਡ 'ਤੇ ਰੱਖਾਂਗੇ, ਉੱਪਰਲੇ ਪੱਲੇ ਚੁੱਕ ਕੇ ਦੋਨੇ ਪੱਲਿਆਂ ਨੂੰ ਅਸੀਂ ਸੈੱਟ ਕਰਾਂਗੇ। ਪਹਿਲਾਂ ਕੰਨੀ ਨਾਲ ਕੰਨੀ ਜੋੜ ਕੇ ਇਹਦੇ ਅਸੀਂ ਸੈਂਟਰ ਦੇ ਨਿਸ਼ਾਨ ਲਾਵਾਂਗੇ। ਸੈਂਟਰ ਦੇ ਨਿਸ਼ਾਨ ਅਸੀਂ ਇਸ ਕਰਕੇ ਲਗਾਵਾਂਗੇ, ਜੇ ਸਾਡੇ ਕੱਪੜੇ 'ਚ ਥੋੜ੍ਹੀ ਬਹੁਤੀ ਕਾਣ ਵੀ ਹੋਊਗੀ ਤਾਂ ਇਹ ਨਿਕਲ ਜਾਊਗੀ ਸਾਈਡ 'ਤੇ। ਹੁਣ ਅਸੀਂ ਕੱਪੜੇ ਨੂੰ ਦੁਬਾਰਾ ਤੈਅ ਲਗਾਉਂਦੇ ਸਿੱਧਾ ਪਾਸਾ ਅੰਦਰ ਕਰਕੇ, ਸਿੱਧਾ ਪਾਸਾ ਅੰਦਰ ਕਰਕੇ ਅਤੇ ਇਹਨੂੰ ਲਗਾਵਾਂਗੇ ਲੰਬੇ ਤਰੀਕੇ ਨਾਲ, ਕੱਪੜੇ ਨੂੰ ਸੈੱਟ ਕਰਾਂਗੇ। ਜੇ ਆਹ ਵਾਲ ਪਏ ਆ ਤਾਂ ਅਸੀਂ ਪ੍ਰੈਸ ਦੀ ਸਹਾਇਤਾ ਨਾਲ ਵਾਲਾਂ ਨੂੰ ਕੱਟ ਲਵਾਂਗੇ। ਇਹ ਬੜਾ ਹੀ ਈਜ਼ੀ ਤਰੀਕਾ ਮੈਂ ਤੁਹਾਨੂੰ ਦੱਸ ਰਹੀ ਹਾਂ ਸੌਖੇ ਤਰੀਕੇ ਨਾਲ। ਅਗਰ ਕੱਪੜੇ 'ਚ ਥੋੜ੍ਹੀ ਬਹੁਤੀ ਕਾਣ ਹੋ ਜਾਵੇ ਤਾਂ ਅਸੀਂ ਕੱਪੜੇ ਤੋਂ ਕਾਣ ਵੀ ਸਾਡੀ ਇਸ ਤਰ੍ਹਾਂ ਨਿਕਲ ਜਾਂਦੀ। ਸੈਂਟਰ ਨਾਲ ਸੈਂਟਰ ਅਸੀਂ ਜੋੜਦੇ ਹੋਏ ਕੱਪੜੇ ਨੂੰ ਪ੍ਰੈਸ ਕਰਕੇ ਸਿੱਧੇ ਕਰਾਂਗੇ। ਜਦੋਂ ਅਸੀਂ ਕਟਿੰਗ ਕਰਨੀ ਕੱਪੜੇ 'ਚ ਕੋਈ ਵੀ ਵਾਲ ਨਹੀਂ ਰਹਿਣਾ, ਨਹੀਂ ਤਾਂ ਸਾਡੇ ਨਾਪ ਦੇ ਵਿੱਚ ਫਰਕ ਪੈ ਜੂਗਾ। ਇੱਦਾਂ ਅਸੀਂ ਸਾਈਡ 'ਤੇ ਪ੍ਰੈਸ ਫੇਰਦੇ ਹੋਏ ਸਾਰੇ ਕੱਪੜੇ ਨੂੰ ਅਸੀਂ ਸੈੱਟ ਕਰ ਲਵਾਂਗੇ। ਇਸ ਤੋਂ ਬਾਅਦ ਅਸੀਂ ਇੱਕ ਦੂਸਰੇ ਦੇ ਪੱਲੇ ਦੇ ਉੱਪਰ ਪੱਲਾ ਰੱਖਦੇ ਹੋਏ, ਇੱਦਾਂ ਪੱਲਾ ਰੱਖਦੇ ਹੋਏ ਅਸੀਂ ਇਸ ਤਰ੍ਹਾਂ ਕੱਪੜੇ ਨੂੰ ਤਹਿ ਲਾਵਾਂਗੇ, ਦੋਨਾਂ ਤਹਿਵਾਂ ਦੇ ਉੱਤੇ ਪ੍ਰੈਸ ਫੇਰ ਲਾਵਾਂਗੇ। ਬਸ ਜਦੋਂ ਇੱਦਾਂ ਕੱਪੜਾ ਸੈੱਟ ਹੋ ਗਿਆ ਤੁਹਾਡੇ ਨਾਪ 'ਚ ਕੋਈ ਨਹੀਂ ਫਰਕ ਆਉਣਾ, ਵਧੀਆ ਤਰੀਕੇ ਨਾਲ ਤੁਹਾਡੇ ਕੱਪੜੇ ਦੀ ਫਿਟਿੰਗ ਆਊਗੀ।
ਵਿੱਚੋਂ ਅਸੀਂ ਕਟਿੰਗ ਕਰ ਦਾਂਗੇ। ਇੱਧਰੋਂ ਅਸੀਂ ਫੱਟਾ ਹਮੇਸ਼ਾ ਫੱਟਾ ਮੋੜਨਾ ਅਤੇ ਉੱਪਰੋਂ ਅਸੀਂ ਤੀਰੇ ਦਾ ਨਿਸ਼ਾਨ ਲਗਾਵਾਂਗੇ। ਤੀਰੇ ਦਾ ਨਿਸ਼ਾਨ ਲਗਾਉਣ ਤੋਂ ਪਹਿਲਾਂ ਜਿਹੜਾ ਕੱਪੜਾ ਵੱਧ ਘੱਟ ਆ ਨਾ, ਇਹਨੂੰ ਕੈਂਚੀ ਨਾਲ ਕੱਟ ਕੇ ਕਟਿੰਗ ਕਰਕੇ ਸਿੱਧਾ ਕਰ ਲਵਾਂਗੇ। ਆਹ ਸੈਂਟਰ ਦੇ ਨਿਸ਼ਾਨ। ਹੁਣ ਅਸੀਂ ਕਰਾਂਗੇ ਆਪਣੀ ਕਮੀਜ਼ ਦਾ ਡਰਾਫ। ਤੀਰਾ ਅਸੀਂ ਲੈਣਾ 14 ਇੰਚ, ਮੋਢਾ ਕੱਟਾਂਗੇ 7 ਇੰਚ, ਫਿਟਿੰਗ ਦਾ ਨਿਸ਼ਾਨ ਆਪਾਂ ਲਾਵਾਂਗੇ 7 ਇੰਚ। ਉੱਪਰੋਂ ਅਸੀਂ ਨਿਸ਼ਾਨ ਲਾਉਂਦੇ ਹੋਏ ਨੀਚੇ ਲਾਵਾਂਗੇ 21.5 ਦੇ ਨਿਸ਼ਾਨ। ਜਿਹੜੇ ਸਾਡੇ ਚਾਕ ਆ ਉਹ 21.5 ਦੇ ਆਏ, ਜੇ ਅਸੀਂ ਇੱਥੋਂ ਮੋਢੇ ਤੋਂ ਲਗਾਈਏ ਤਾਂ 14.5, ਹਿੱਪ ਸਾਡੀ 19.5, 9.2, ਚੈਸਟ ਸਾਡੀ 18.2। ਜੇ ਅਸੀਂ 2-2 ਪਲੇਟਾਂ ਪਾਉਣੀਆਂ ਨਾ, ਜਿੰਨਾ ਸਾਡੀ ਚੈਸਟ ਆ ਅਤੇ 19 ਅਸੀਂ ਆਪਣੀ ਕਮਰ ਰੱਖਾਂਗੇ 9.2 'ਤੇ। ਇਹਨਾਂ ਤਿੰਨਾਂ ਨਿਸ਼ਾਨਾਂ ਨੂੰ ਅਸੀਂ ਆਪਸ ਵਿੱਚ ਮਿਲਾ ਦਾਂਗੇ। ਹੁਣ ਅਸੀਂ ਲਾਵਾਂਗੇ, ਇੱਥੋਂ ਅਸੀਂ ਲਿਆ ਤੀਰਾ 14 ਇੰਚ ਅਤੇ ਨੀਚੇ ਅਸੀਂ ਲਾਵਾਂਗੇ 6.5। ਉੱਪਰਲੇ ਨਿਸ਼ਾਨ ਨੂੰ ਨੀਚੇ ਦੇ ਨਿਸ਼ਾਨ ਨਾਲ ਮਿਲਾ ਕੇ ਅਤੇ ਅਸੀਂ ਮੋਢੇ ਦੀ ਕਟਿੰਗ ਦਾ ਨਿਸ਼ਾਨ ਲਗਾਵਾਂਗੇ। ਹਾਫ ਇੰਚ ਦਾ ਅਸੀਂ ਨਿਸ਼ਾਨ ਲਗਾਵਾਂਗੇ ਜੋ ਸਾਈਡ 'ਤੇ ਕਟਿੰਗ ਕਰਨੀ ਆ। ਪਲੇਟਾਂ ਦਾ ਅਸੀਂ ਨਿਸ਼ਾਨ ਲਾਵਾਂਗੇ 15 ਇੰਚ 'ਤੇ। ਉੱਪਰ ਨੂੰ ਅਸੀਂ ਲਾਵਾਂਗੇ 3 ਇੰਚ, ਥੱਲੇ ਅਸੀਂ ਲਾਵਾਂਗੇ 3.5, ਪਲੇਟ ਸਾਡੀ ਬਣ ਗਈ 7 ਇੰਚ ਦੀ। ਪਲੇਟ ਦੀ ਚੌੜਾਈ ਅਸੀਂ ਰੱਖਾਂਗੇ 4 ਇੰਚ ਜਾਂ 3.5 ਇੰਚ। ਹੁਣ ਮੈਂ ਇੱਥੇ ਇਸ ਨਾਪ ਨੂੰ ਰੱਖ ਰਹੀ ਹਾਂ 3.5.2, 3.5.2 ਦੋਨਾਂ ਨਿਸ਼ਾਨਾਂ ਨੂੰ ਆਪਸ ਵਿੱਚ ਮਿਲਾਉਂਦੇ ਹੋਏ ਫਿਰ ਕਿਸੇ ਨੁਕੀਲੀ ਚੀਜ਼ ਦੇ ਨਾਲ ਨਾ ਅਸੀਂ ਨੀਚੇ ਵੀ ਪਲੇਟਾਂ ਦੇ ਨਿਸ਼ਾਨ ਲਗਾ ਲਵਾਂਗੇ। ਨੀਚੇ ਦੇ ਪੱਲੇ ਨੂੰ, ਵਿੱਚ ਵਾਲੇ ਪੱਲੇ ਨੂੰ, ਸੂਈ ਵਗੈਰਾ ਦੇ ਨਾਲ ਇੱਦਾਂ ਨਿਸ਼ਾਨ ਲਗਾ ਲਵਾਂਗੇ। ਇਹ ਨਿਸ਼ਾਨ ਲਗਾਉਣੇ ਸਾਨੂੰ ਬਹੁਤ ਜ਼ਰੂਰੀ ਹੈ, ਜੇ ਨਿਸ਼ਾਨ ਨਹੀਂ ਲਾਵਾਂਗੇ ਤਾਂ ਸਾਡੀ ਪਲੇਟ ਟੇਢੀ ਮੇਰੀ ਹੋ ਜਾਊਗੀ। ਦੇਖੋ ਠੀਕ ਆ, ਇਹ ਨਿਸ਼ਾਨ ਸਾਡੇ ਲੱਗ ਗਏ। ਹੁਣ ਜਿੱਦਾਂ ਸਾਡੀ ਲੈਂਥ ਕੱਪੜਾ ਇਹ 2 ਮੀਟਰ ਆ ਤਾਂ ਸਾਡੇ ਕੋਲ ਤਿਆਰ ਕਾਣ ਕੱਢ ਕੇ 39 ਇੰਚ, 2 ਪੁਆਇੰਟ ਘੱਟ ਹੀ ਆ, ਹੈ ਨਾ। ਅਤੇ ਜੇ ਅਸੀਂ ਇਹਨੂੰ 2 ਇੰਚ ਦੇ ਮੋੜੀਏ 36.5 ਕਮੀਜ਼ ਤਿਆਰ ਰਹਿਣਾ, ਅਤੇ ਜੇ ਅਸੀਂ ਇਹਨੂੰ ਨੀਚੇ ਜੋੜ ਪਾਉਣਾ ਤਾਂ ਸਾਡੇ ਕੋਲ ਕੱਪੜਾ ਕਾਫੀ, ਆਪਾਂ ਇਹਨੂੰ ਜੋੜ ਪਾ ਸਕਦੇ ਹਾਂ। ਇੱਦਾਂ ਆਪਾਂ ਇਹਨੂੰ ਕਟਿੰਗ ਕਰਾਂਗੇ, ਪਹਿਲਾਂ ਉੱਪਰਲਾ ਪੱਲਾ ਚੱਕਾਂਗੇ, ਉੱਪਰਲਾ ਪੱਲਾ ਚੱਕਦੇ ਹੋਏ ਜਿਹੜਾ ਅਸੀਂ ਹਾਫ ਇੰਚ ਦਾ ਨਿਸ਼ਾਨ ਲਗਾਇਆ ਉਸ ਤੋਂ ਪਾਰ ਕਟਿੰਗ ਕਰਾਂਗੇ। ਉਸ ਤੋਂ ਬਾਅਦ ਉੱਪਰਲੇ ਪੱਲੇ ਨੂੰ ਹੀ ਅਸੀਂ ਜੇ ਨਿਸ਼ਾਨਾਂ ਤੋਂ ਕੱਟਦੇ ਹੋਏ ਇਸੇ ਤਰ੍ਹਾਂ, ਉਸ ਤੋਂ ਬਾਅਦ ਜਿਹੜਾ ਸਾਡਾ ਨੀਚੇ ਦਾ ਪੱਲਾ ਆ ਉਹਨੂੰ ਵੀ ਕੱਟਦੇ ਹੋਏ
ਇੱਥੇ ਮੈਂ ਤੁਹਾਨੂੰ ਦੱਸਾਂਗੀ ਕਿ ਜਿਹੜਾ ਆਹ ਨਿਸ਼ਾਨ ਹੈ ਇਹ ਤੋਂ ਹਾਫ ਇੰਚ ਨਿਸ਼ਾਨ ਆ ਜਿਹੜਾ ਕੋਰਨਰ ਤੋਂ ਅਸੀਂ ਲਾਉਣਾ ਬੈਕ ਕਟਾਈ ਦਾ, ਬੈਕ ਕਟਾਈ ਦਾ ਇੱਦਾਂ ਨਿਸ਼ਾਨ ਲਗਾ ਕੇ ਤਾਂ ਅਸੀਂ ਇਸਨੂੰ ਕਟਿੰਗ ਕਰ ਲਾਂਗੇ। ਇਹ ਕਟਿੰਗ ਕਰਨ ਲੱਗੇ ਹਮੇਸ਼ਾ ਧਿਆਨ ਰੱਖਣਾ ਆ ਆਹ ਜਿਹੜਾ ਨਿਸ਼ਾਨ ਆ ਇਹਨੂੰ ਆਪਾਂ ਇੱਥੇ ਨਹੀਂ ਲੈ ਕੇ ਜਾਣਾ, ਇੱਦਾਂ ਇੱਥੋਂ ਆਪਾਂ ਨੂੰ ਥੋੜ੍ਹੀ ਜਿਹੀ ਇੱਕ ਹਾਫ ਉਂਗਲ ਦੇ ਨਿਸ਼ਾਨ ਤੋਂ ਕਟਿੰਗ ਪਹਿਲਾਂ ਹੀ ਕਰ ਦੇਣੀ ਆ, ਅਤੇ ਬਾਕੀ ਰਹਿ ਗਿਆ ਸਾਡਾ ਇਹ ਮਾਰਜਨ ਡੇਢ ਇੰਚ ਜਾਂ 2 ਇੰਚ ਤੋਂ ਅਸੀਂ ਆਪਣਾ ਮਾਰਜਨ ਰੱਖ ਕੇ ਅਤੇ ਕਟਿੰਗ ਕਰ ਦਾਂਗੇ। ਆਹ ਸਾਡੀ ਕਮਰ ਦਾ ਨਿਸ਼ਾਨ, ਇੱਥੋਂ ਸਾਡੀ ਹਿੱਪ ਦਾ ਨਿਸ਼ਾਨ, ਅਤੇ ਬਾਕੀ ਅਸੀਂ ਇਸੇ ਤਰ੍ਹਾਂ ਨੀਚੇ ਕਟਿੰਗ ਕਰਦੇ ਹੋਏ ਆਪਣਾ ਕੱਪੜਾ ਸਿੱਧਾ ਕਰਾਂਗੇ। ਦੋ ਪੱਲੇ ਹਮੇਸ਼ਾ ਜਿੱਦਾਂ ਮੈਂ ਪਿਛਲੀ ਵੀਡੀਓ 'ਚ ਵੀ ਕਿਹਾ, ਦੋ ਪੱਲੇ ਅਸੀਂ ਚੱਕ ਕੇ ਨੀਚੇ ਵਾਲੇ ਪੱਲੇ ਨੂੰ ਵੀ ਨਿਸ਼ਾਨ ਲਗਾਵਾਂਗੇ, 3 ਸਾਡੇ ਨਿਸ਼ਾਨ, ਆਹ ਕਮਰ ਦਾ ਨਿਸ਼ਾਨ, ਆਹ ਹਿੱਪ ਦਾ ਨਿਸ਼ਾਨ। ਫਿਰ ਅਸੀਂ ਆਪਣੇ ਗਲੇ ਦੀ ਕਟਿੰਗ ਕਮੀਜ਼ ਦੀ ਕਰਾਂਗੇ। ਜੇ ਤਾਂ ਬੈਕ ਦਾ ਗਲਾ ਛੋਟਾ ਹੋਵੇ, ਜਿੱਦਾਂ 6 ਇੰਚ ਇਹਦਾ ਛੋਟਾ ਗਲਾ ਆ ਨਾ ਬੈਕ ਦਾ, ਅਤੇ ਅਸੀਂ ਤੀਰਾ ਰੱਖਿਆ ਹੈਗਾ 14 ਇੰਚ। ਜੇ ਸਾਡਾ ਗਲਾ ਇਹ 7 ਜਾਂ 7.5 ਹੋ ਜਾਂਦਾ, ਉਦੇ ਉਵੇਂ ਦਾ ਆਪਾਂ ਤੀਰਾ ਜਿਹੜਾ ਘੱਟ ਰੱਖਾਂਗੇ, ਜਾਂ 12 ਇੰਚ ਜਾਂ ਅਸੀਂ 13 ਇੰਚ ਕਟਿੰਗ ਕਰਾਂਗੇ। ਹੁਣ ਗਲਾ ਰਹਿ ਗਿਆ ਸਾਡਾ ਗਲੇ ਦੇ 2.5 ਇੰਚ ਚੌੜਾਈ, ਅਤੇ ਨੀਚੇ ਹੈਗਾ 6 ਇੰਚ ਲੰਬਾਈ। 2.5 ਦੇ ਨੀਚੇ ਵਿੱਚ 2.5 ਦਾ ਨਿਸ਼ਾਨ ਲਾ ਕੇ ਅਸੀਂ ਇੱਕ ਚੌਰਸ ਡੱਬਾ ਬਣਾ ਲੈਣਾ। ਇੱਥੋਂ ਫਿਰ 1/2 ਇੰਚ ਦੀ ਨਿਸ਼ਾਨ ਲਗਾ ਕੇ ਅਸੀਂ ਗੁਲਾਈ ਪਾਵਾਂਗੇ। ਗੁਲਾਈ ਪਾ ਕੇ ਅਸੀਂ ਕਟਿੰਗ ਕਰਾਂਗੇ। ਆਹ ਇੱਕ ਰਹਿ ਗਈ, ਜਦੋਂ ਵੀ ਅਸੀਂ ਕਟਿੰਗ ਕਰਨੀ ਆ ਨਿਸ਼ਾਨ ਦੇ ਉੱਪਰ ਨਹੀਂ ਕੈਂਚੀ ਲੈ ਕੇ ਜਾਣੀ, ਅਸੀਂ ਇੱਦਾਂ ਸਾਈਡ 'ਤੇ ਕਟਿੰਗ ਕਰਨੀ ਆ, ਨਿਸ਼ਾਨ ਸਾਡਾ ਦਿਸਦਾ ਹੋਣਾ ਚਾਹੀਦਾ ਆ। ਇਹਦੇ ਨਾਲ ਵੀ ਨਾ ਫਿਰ ਗਲੇ ਦੀ ਜਾਣੀ ਕਿ ਇੱਕ ਸਾਈਡ 'ਤੇ ਨਹੀਂ ਗਲਾ ਡਿੱਗਦਾ ਨਹੀਂ ਆ। ਕੱਲ੍ਹ ਇਹੀ ਗਲਾ ਮੈਂ ਤੁਹਾਨੂੰ ਬਣਾ ਕੇ ਵੀ ਦਿਖਾ ਲਾਂਗੀ ਅਗਲੀ ਵੀਡੀਓ 'ਚ। ਲੋ ਅੱਜ ਬੜਾ ਹੀ ਸਿੰਪਲ ਤਰੀਕੇ ਨਾਲ ਮੈਂ ਤੁਹਾਨੂੰ ਸ਼ਰਟ ਕੱਟਣੀ ਦੱਸੀ ਹੈ। ਜੇ ਮੇਰੀ ਵੀਡੀਓ ਤੁਹਾਨੂੰ ਪਸੰਦ ਆਈ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ।